ਮੇਰੀ ਬਰਾਦ ਆ ਅਵਤਾਰ ਸਿੰਘ ਜੀ ਢਿੱਲੋਂ, ਉਹ ਸਿੱਖ ਮੋਟਰਸਾਈਕਲ ਵਿਦਆਊਟ ਜਿਹੜਾ ਹੈਲਮਟ ਤੋਂ ਕੇਸ ਜਿੱਤਿਆ ਉਹ ਵੀ ਨਾਲ ਆਉਣਗੇ, ਉਹਨਾਂ ਨੂੰ ਗੁਜ਼ਾਰਿਸ਼ ਹੈ। ਸੋ ਜਿਹੜਾ ਸਾਡੇ ਵਲੰਟੀਅਰ ਔਰਗਨਾਈਜ਼ਰ ਨਾਲ ਰਾਜ ਸਿੰਘ ਪੰਡਾਲਵਰਾਂ ਨੂੰ ਬੇਨਤੀ ਕਰਾਂਗੇ ਪ੍ਰੋਕਲੇਮੇਸ਼ਨ ਨਾਲ ਲਿਆ ਕੇ, ਉਸ ਦੇ ਤਸਵੀਰ ਹੋਏਗੀ। ਅਤੇ ਇਹਨਾਂ ਨੇ ਅੱਜ ਡਾਊਨਟਾਊਨ ਤੋਂ ਹੁੰਦਿਆਂ ਹੋਇਆਂ ਮੋਟਰਸਾਈਕਲ ਜਿਹੜੇ ਚਲਾ ਕੇ ਇੱਥੇ ਸ਼ਮੂਲੀਅਤ ਕੀਤੀ ਹੈ। ਆਓ ਜੀ ਇੱਧਰ ਕੁਛ ਸਿੰਘ ਹਾਜ਼ਰੀ ਲਵਾਓ। ਸੋ ਇਹ ਇੱਕ ਸਾਂਝੀ ਤਸਵੀਰ ਹੈ ਇਹਨਾਂ ਦੀ, ਸੋ ਪਲੀਜ਼ ਇੱਧਰ ਨੂੰ ਆ ਜਾਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੋ ਸ਼ਬਦ ਅਵਤਾਰ ਸਿੰਘ ਜੀ, ਬਹੁਤ ਸਤਿਕਾਰਯੋਗ ਸ਼ਖਸੀਅਤ ਨੇ, 25ਵੀਂ ਵਰ੍ਹੇਗੰਢ ਵੀ ਆ ਰਹੀ ਹੈ। ਸੋ ਇਹਨਾਂ ਨੇ ਅੱਜ ਖਾਸ ਤੌਰ 'ਤੇ ਇਸ ਮੌਕੇ 'ਤੇ ਸਾਰਿਆਂ ਨੂੰ ਸੱਦਾ ਦਿੱਤਾ, ਸਾਡੇ ਪ੍ਰਬੰਧਕਾਂ ਦੇ ਵਿੱਚੋਂ ਵੀ ਨੇ। ਅਵਤਾਰ ਸਿੰਘ ਢਿੱਲੋਂ, ਦੋ ਸ਼ਬਦ। ਮੇਰੀ ਭਾਈ ਖਾਲਸਾ ਸਾਹਿਬ ਫਤਿਹ ਜੀ ਸਾਰਿਆਂ ਨੂੰ। ਮੇਰੀ ਬੋਲਣ ਦੀ ਆਦਤ ਨਹੀਂ, ਮੇਰਾ ਕੰਮ ਕਰਨ ਦਾ ਚਾਅ ਹੈ। ਸੋ ਜੋ ਕੌਮ ਦੇ ਚੜ੍ਹਦੀ ਕਲਾ ਲਈ ਆਪ ਸਾਰੇ ਕਰ ਰਹੇ ਹੋ, ਇਸ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਭ, ਤੁਹਾਡਾ ਸਾਰੇ